ਪੰਜਾਬ ਵਿੱਚ ਵੀਕਐਂਡ ਲਾਕਡਾਊਨ ਦੇ ਫੈਸਲੇ ਤੋਂ ਬਾਅਦ ਅੱਜ ਸ਼੍ਰੀ ਕੀਰਤਪੁਰ ਸਾਹਿਬ ਅਤੇ ਭਰਤਗੜ ਬੜਾ ਪਿੰਡ ਵਿੱਚ ਡੀਐਸਪੀ ਰੋਪੜ ਚਾਵਲਾ ਤੇ ਉਹਨਾਂ ਦੀ ਟੀਮ ਵੱਲੋਂ ਫਲੈਗ ਮਾਰਚ ਕਰਕੇ ਖੁੱਲੀਆਂ ਦੁਕਾਨਾਂ ਨੂੰ ਵਾਰਨਿੰਗ ਦੇ ਕੇ ਬੰਦ ਕਰਵਾਇਆ ਗਿਆ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਰਿਆਨਾ, ਦੁੱਧ, ਦਹੀਂ, ਫਲ, ਫਰੂਟ, ਸਬਜ਼ੀ ਵਾਲੇ ਵਿਕਰੇਤਾਵਾਂ ਨੂੰ ਹਦਾਇਤ ਦਿੱਤੀ ਗਈ ਕਿ ਲੋਕਾਂ ਨੂੰ ਹੋਮ ਡਿਲੀਵਰੀ ਦੇਣ ਅਤੇ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਣ। ਇਸ ਮੌਕੇ ਪੁਲਿਸ ਟੀਮ ਵੱਲੋਂ ਭਾਰੀ ਪੁਲਿਸ ਮੁਲਾਜ਼ਮਾਂ ਦੇ ਬਲ ਦੇ ਨਾਲ ਭਰਤਗੜ ਬੜਾ ਪਿੰਡ ਅਤੇ ਸ਼੍ਰੀ ਕੀਰਤਪੁਰ ਸਾਹਿਬ ਦੇ ਬਾਜ਼ਾਰ, ਬੱਸ ਸਟੈਂਡ, ਨਹਿਰ ਦੀ ਪਟੜੀ, ਗੁਰਦੁਆਰਾ ਸ਼ੀਸ ਮਹਿਲ ਮਾਰਕੀਟ ਹੁੰਦੇ ਹੋਏ ਥਾਣਾ ਕੀਰਤਪੁਰ ਸਾਹਿਬ ਵਿਖੇ ਫਲੈਗ ਮਾਰਚ ਸਮਾਪਤ ਕੀਤਾ ਗਿਆ। ਇਸ ਫਲੈਗ ਮਾਰਚ ਸੰਬੰਧੀ ਪੁਲਿਸ ਅਫਸਰਾਂ ਦਾ ਕੀ ਕਹਿਣਾ ਰਿਹਾ, ਆਓ ਤੁਸੀਂ ਵੀ ਸੁਣੋ। ਸਰ, ਅੱਜ ਤੁਸੀਂ ਕੀਰਤਪੁਰ ਸਾਹਿਬ ਵਿੱਚ ਰਾਉਂਡ ਕੀਤਾ, ਕਿਸ ਵਿਸ਼ੇਸ਼ ਕੀ ਪਰਪਸ ਹੈਗਾ ਜੀ? ਇਹਦੇ ਸੰਬੰਧ ਜੋ ਗੌਰਮੈਂਟ ਦੀਆਂ ਸਾਡੀ ਹਦਾਇਤਾਂ ਹੈਗੀਆਂ ਉਹਦੇ ਵਿੱਚ ਇਹ ਹੈ ਵੀ ਸ਼ਨੀ ਐਤਵਾਰ ਜਿਹੜਾ ਹੈ ਫੁੱਲੀ ਲੋਕਡਾਊਨ ਹੈ, ਜਿਹਦੇ ਸਿਰਫ ਜਿਹੜੀਆਂ ਅਸੈਂਸ਼ੀਅਲ ਸਬਜ਼ੀਜ਼ ਹੈਗੀਆਂ ਖੁੱਲ੍ਹੀਆਂ, ਹੋਰ ਅਸੀਂ ਕੁਛ ਨੂੰ ਮੂਵਮੈਂਟ ਵਿਦਆਊਟ ਕੋਈ ਮੈਡੀਕਲ ਐਮਰਜੈਂਸੀ ਕੋਈ ਮੂਵਮੈਂਟ ਨਹੀਂ ਹੁੰਦੇ ਨਹੀਂ, ਅਸੀਂ ਇਹਨਾਂ ਦਾ ਅਸੀਂ ਖਾਸ ਖਿਆਲ ਰੱਖਿਆ। ਤਾਂ ਹੀ ਅਸੀਂ ਅੱਜ ਇੱਥੇ ਫਲੈਗ ਮਾਰਚ ਵੀ ਕੀਤਾ ਜਿਹੜਾ ਕੀਰਤਪੁਰ ਸਾਹਿਬ ਦੇ ਵਿੱਚ ਅਤੇ ਜਿਹੜਾ ਬੜਾ ਪਿੰਡ ਹੈਗਾ ਅਤੇ ਜਿਹੜਾ ਭਰਤਗੜ ਚੌਕੀ, ਤਾਂ ਜੋ ਉਹ ਲੋਕਾਂ ਨੂੰ ਅਸੀਂ ਗਾਈਡ ਕਰ ਸਕੀਏ ਅਤੇ ਉਹਨਾਂ ਨੂੰ ਆਗਾਹ ਕਰ ਸਕੀਏ ਵੀ ਇਹ ਬਾਹਰ ਨਾ ਨਿਕਲਣ। ਜੇ ਕੋਈ ਕਾਨੂੰਨ ਨੂੰ ਤੋੜੂਗਾ ਤਾਂ ਅਸੀਂ ਉਹਨਾਂ ਨੂੰ 14 ਦਿਨ ਦਾ ਕੁਆਰੰਟਾਈਨ ਕਰਾ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਰੱਖ ਦਿਆਂਗੇ। ਜਦੋਂ ਆਪਾਂ ਸ਼ਹਿਰ 'ਚ ਫਲੈਗ ਮਾਰਚ ਕੀਤਾ ਜੀ, ਉਹਦੇ ਵਿੱਚ ਤੁਹਾਨੂੰ ਕੋਈ ਦਿੱਤਾ ਰੂਲ ਐਂਡ ਰੈਗੂਲੇਸ਼ਨ ਤੋੜਦੇ ਲੋਕ? ਨਹੀਂ, ਕੁਛ ਨਹੀਂ, ਇਸ ਤਰ੍ਹਾਂ ਦਾ ਕੋਈ ਧਿਆਨ 'ਚ ਨਹੀਂ ਆਇਆ, ਕਿਉਂਕਿ ਜਿਹੜੀਆਂ ਦੁਕਾਨਾਂ ਇੱਕ ਦੋ ਖੁੱਲ੍ਹੀਆਂ ਸੀਗੀਆਂ ਉਹ ਜਿਹੜੀਆਂ ਅਸੈਂਸ਼ੀਅਲ ਵਾਲੀਆਂ ਸੀਗੀਆਂ, ਬਟ ਉਹ ਸਮਾਨ ਵਗੈਰਾ ਬਾਹਰ ਲਗਾਇਆ ਸੀ, ਉਹਨਾਂ ਨੂੰ ਕਹਿ ਕੇ ਅਸੀਂ ਸਮਾਨ ਉਹਨਾਂ ਦਾ ਅੰਦਰ ਕਰਵਾਤਾ, ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਹੋਮ ਡਿਲੀਵਰੀ ਕਰੋ। ਅਤੇ ਜਿੱਦਾਂ ਸ਼ਨੀਵਾਰ ਫਲੈਗ ਮਾਰਚ ਹੋਇਆ ਜੀ, ਅਤੇ ਸੰਡੇ ਨੂੰ ਵੀ ਆਪਣੇ ਪੁਲਿਸ ਅਫਸਰ ਫਿਰ ਇਸੇ ਤਰ੍ਹਾਂ ਫਲੈਗ ਮਾਰਚ ਕਰਨਗੇ, ਦੇਖ ਰੇਖ ਕਰਨਗੇ? ਬਿਲਕੁਲ ਜੀ, ਜੇ ਲੋਕਾਂ ਨੂੰ ਨਹੀਂ ਸਮਝਾਊਗੀ ਤਾਂ ਅਸੀਂ ਇੱਦਾਂ ਹੀ ਆਪਣਾ ਸਭ ਰੱਖਾਂਗੇ, ਸਖਤੀ ਕੀਤੀ ਜਾ ਸਕਦੀ। ਬਿਲਕੁਲ ਸਖਤੀ ਕੀਤੀ। ਠੀਕ ਹੈ ਸਰ, ਥੈਂਕ ਯੂ। ਅਸੀਂ ਜੀ ਆਹ ਜਿਹੜਾ ਸ਼ਨੀਵਾਰ ਦਾ ਲੋਕਡਾਊਨ ਹੋਇਆ ਹੈ, ਇਹਦੇ ਵਿੱਚ ਦੇਖ ਰਹੇ ਹਾਂ ਪਬਲਿਕ ਬਿਲਕੁਲ ਆਪਦੇ ਘਰਾਂ ਦੇ ਵਿੱਚ ਹੈ, ਸਿਰਫ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਆ ਉਹ ਖੁੱਲ੍ਹੀਆਂ ਹੋਈਆਂ ਹਨ। ਉਹਨਾਂ ਨੂੰ ਵੀ ਗਾਈਡ ਕੀਤਾ ਗਿਆ ਵੀ ਤੁਸੀਂ ਹੋਮ ਡਿਲੀਵਰੀ ਕਰੀ ਜਾਵੇ ਇਹਨਾਂ ਨੂੰ, ਅਤੇ ਬਾਕੀ ਜੋ ਰੂਲਸ ਦੇ ਮੁਤਾਬਕ ਜੋ ਗਵਰਨਮੈਂਟ ਦੇ ਰੂਲਸ ਆ ਉਹੀ ਦੁਕਾਨਾਂ ਖੁੱਲ੍ਹੀਆਂ, ਬਾਕੀ ਅਸੀਂ ਸਾਡੇ ਇੱਥੇ ਨਹੀਂ ਇਲਾਕੇ ਦੇ ਵਿੱਚ ਕੋਈ ਖੁੱਲ੍ਹੀ। ਸਰ, ਕਿਹੜੇ ਕਿਹੜੇ ਏਰੀਏ ਜਿਹੜੇ ਤੁਹਾਡੇ ਵੱਲੋਂ ਉੱਧਰ ਪੁੱਛੇ ਗਏ? ਮੇਰੇ ਕੋਲ ਜੀ ਭਰਤਗੜ ਕੀਤਾ ਗਿਆ, ਬੜਾ ਪਿੰਡ ਜਿਹੜਾ ਕੰਟੋਨਮੈਂਟ ਜ਼ੋਨ ਹੈਗਾ ਉੱਥੇ ਗਿਆ ਮੈਂ, ਇਹ ਜਿਹੜਾ ਭਰਤ ਜਿਹੜਾ ਕੀਰਤਪੁਰ ਸਾਹਿਬ ਦਾ ਏਰੀਆ ਹੈਗਾ ਇਹ ਸਾਰਾ ਮੇਰੇ ਕੋਲ। ਠੀਕ ਹੈ ਸਰ, ਹੋਰ ਵੀ ਜਿਵੇਂ ਹੁਣ ਕੱਲ੍ਹ ਦਾ ਲੋਕਡਾਊਨ ਹੈਗਾ ਇਹ ਜਾਂ ਰਾਤ ਦਾ ਹੈਗਾ, ਉਹਦੇ ਵਾਸਤੇ ਵੀ ਸਪੈਸ਼ਲ ਕੋਈ ਟੀਮਾਂ ਜਿਹੜੀਆਂ ਰਾਤ ਵਾਸਤੇ ਰਹਿੰਦੀਆਂ? ਬਿਲਕੁਲ ਜੀ, ਸਾਰੀਆਂ ਟੀਮਾਂ ਸਾਡੀਆਂ ਰੈਡੀ ਹੈ, ਬਿਲਕੁਲ ਕੋਈ ਵੀ ਜਿਹੜਾ ਕੋਈ 1-2% ਕਤਾਹੀ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਅਸੀਂ ਨਾਲ ਦੀ ਨਾਲ 14 ਦਿਨ ਦਾ ਕੁਆਰੰਟਾਈਨ ਕਰਾਂਗੇ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। 14 ਦਿਨ ਵਾਸਤੇ ਉਹਨਾਂ ਨੂੰ ਆਈਸੋਲੇਟ ਕਰਾਉਣਾ ਪਊਗਾ ਜਿਹੜਾ ਸੈਂਟਰ ਬਣੇ ਸਾਡੇ। ਠੀਕ ਹੈ ਸਰ, ਥੈਂਕ ਯੂ। ਪ੍ਰਾਈਮ ਉਹਦੇ ਲਈ ਕੀਰਤਪੁਰ ਸਾਹਿਬ ਤੋਂ ਮਨਿੰਦਰ ਦਵਿਵੇਦੀ ਦੀ ਰਿਪੋਰਟ।